वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। अपनी अज दी वीडियो दा विषय है दान। कि इस चीज दा दान करदिआं ही साडे घर दे विच सुख शांति, साडे कारोबार दे विच सानूं तरक्की मिलेगी। तरक्की वी दिन दुगनी अते रात चौगनी मिलेगी, अते ओह तरक्की साडे मन नूं खुशी देवेगी। क्योंकि कई वार की हुंदा कि साडे कोल पैसा आ जांदा है पर साडे मन नूं सुकून नहीं मिलदा। तां इह चीज दान करन दे नाल साडे घर दे विच पैसा, बरकत, खुशियां आउणगियां अते साडे मन नूं शांति अते सुकून दे के जाणगियां। तां उह किहड़ा दान आ, इसे विशे दे उत्ते आपां अज दी वीडियो दे विच गल करनी आ। इस करके पूरी वीडियो नूं अंत तक ध्यान दे नाल सुनना, समझना अते इह दान करन दा जदों भी मौका मिले ना जरूर करना है। इह दान करनों कदे भी खुंझना नहीं आ, क्योंकि ਇਹ ਮੌਕਾ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ, ਸਮਝਣਾ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜਾਂ ਵਾਹਿਗੁਰੂ ਜੀ ਜ਼ਰੂਰ ਲਿਖਣਾ। ਤਾਂ ਦੇਖੋ ਜੀ, ਆਪਣੇ ਜੀਵਨ ਦੇ ਵਿੱਚ ਦਾਨ ਪੁੰਨ ਦੀ ਬੜੀ ਮਹੱਤਤਾ ਹੈ। ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸਾਨੂੰ ਵੰਡਣ ਵਾਲੇ ਬਣਾਇਆ ਹੈ। ਉਹਨਾਂ ਨੇ ਕਿਹਾ ਕਿ ਵੰਡ ਕੇ ਛੱਡਣਾ ਹੈ, ਦੇਣ ਵਾਲੇ ਬਣਨਾ ਹੈ। ਚਾਹੇ ਕਿਸੇ ਨੂੰ ਪੈਸੇ ਦਾ ਦਾਨ ਕਰੋ, ਕਿਸੇ ਨੂੰ ਅਨਾਜ ਦਾ ਦਾਨ ਕਰੋ, ਕਿਸੇ ਨੂੰ ਖੁਸ਼ੀਆਂ ਦਾ ਦਾਨ ਕਰੋ, ਕਿਸੇ ਨੂੰ ਹਾਸੇ ਦਾ ਦਾਨ ਕਰੋ, ਪਰ ਦਾਨ ਜ਼ਰੂਰ ਕਰਨਾ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਦਾਨ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਇਸ ਨੂੰ ਸਮਝਣ ਦੇ ਲਈ ਪਹਿਲਾਂ ਇੱਕ ਨਿੱਕੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸ ਕਹਾਣੀ ਨੂੰ ਸੁਣ ਕੇ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇਗੀ। ਕਹਿੰਦੇ ਇੱਕ ਵਾਰ ਇੱਕ ਧਨਵਾਨ ਵਿਅਕਤੀ ਜਿਸ ਦੀ ਕੰਪਨੀ ਦੇ ਵਿੱਚ ਇੱਕ ਮਨੁੱਖ ਕੰਮ ਕਰਦਾ ਅਤੇ ਉਹ ਮਨੁੱਖ ਉੱਚੇ ਅਹੁਦੇ ਤੇ ਸੀ, ਬੜੇ ਹੀ ਜ਼ਿੰਮੇਵਾਰ ਅਹੁਦੇ ਤੇ ਸੀ, ਭਾਵ ਕਿ ਉਸ ਮਨੁੱਖ ਨੂੰ ਇਹ ਹੱਕ ਸੀ ਕਿ ਉਹ ਕੰਪਨੀ ਦੇ ਫੈਸਲੇ ਲੈ ਸਕਦਾ ਸੀ। ਤਾਂ ਕਹਿੰਦੇ ਇੱਕ ਵਾਰ ਗਲਤੀ ਦੇ ਨਾਲ ਉਸ ਤੋਂ ਇੱਕ ਗਲਤ ਫੈਸਲਾ ਲਿਆ ਗਿਆ, ਜਿਸ ਕਰਕੇ ਕੰਪਨੀ ਨੂੰ ਬਹੁਤ ਨੁਕਸਾਨ ਹੋਇਆ, ਕੰਪਨੀ ਬੜੇ ਘਾਟੇ ਦੇ ਵਿੱਚ ਚਲੇ ਗਈ। ਤਾਂ ਕਹਿੰਦੇ ਹੁਣ ਕੰਪਨੀ ਦੇ ਵਿੱਚ ਹੋਰ ਵੀ ਉੱਚੇ ਅਹੁਦੇ ਦੇ ਉੱਤੇ, ਜ਼ਿੰਮੇਵਾਰੀਆਂ ਵਾਲੇ ਅਹੁਦੇ ਦੇ ਉੱਤੇ ਲੋਕ ਬੈਠੇ ਸਨ। ਤਾਂ ਉਹਨਾਂ ਨੇ ਜਦ ਦੇਖਿਆ ਅਤੇ ਉਹਨਾਂ ਨੇ ਆਪਣੀ ਰਾਏ, ਆਪਣੀ ਸਲਾਹ ਕਰਕੇ ਇਹ ਫੈਸਲਾ ਕੀਤਾ ਕਿ ਇਹ ਮਨੁੱਖ ਨੇ ਬਹੁਤ ਵੱਡੀ ਗਲਤੀ ਕੀਤੀ ਆ ਅਤੇ ਇਸ ਦੀ ਗਲਤੀ ਦੀ ਸਜ਼ਾ ਇਹ ਆ ਕਿ ਜਾਂ ਤਾਂ ਇਸ ਦੇ ਉੱਤੇ ਕੇਸ ਕੀਤਾ ਜਾਵੇ ਅਤੇ ਜਾਂ ਫਿਰ ਇਹ ਜੁਰਮਾਨਾ ਭਰੇ। ਜੁਰਮਾਨਾ ਇਹ ਭਰ ਨਹੀਂ ਸਕਦਾ ਕਿਉਂਕਿ ਇਸ ਦੀ ਤਨਖਾਹ ਬਹੁਤ ਘੱਟ ਆ, ਕੰਪਨੀ ਨੂੰ ਘਾਟਾ ਬਹੁਤ ਜ਼ਿਆਦਾ ਪਿਆ ਹੈ, ਇਸ ਕਰਕੇ ਇਸ ਦੇ ਉੱਤੇ ਕੇਸ ਹੀ ਕਰਨਾ ਬਿਹਤਰ ਰਹੇਗਾ। ਕਹਿੰਦੇ ਉਹਨਾਂ ਨੇ ਸਭ ਨੇ ਆਪਣੀ ਸਲਾਹ, ਆਪਣੀ ਰਾਏ ਦਿੱਤੀ ਅਤੇ ਕੰਪਨੀ ਦੇ ਮਾਲਕ ਤੱਕ ਪਹੁੰਚਾਈ ਕਿ ਇਸ ਮਨੁੱਖ ਨੇ ਇਹ ਗਲਤੀ ਕੀਤੀ ਆ ਅਤੇ ਇਸ ਦੀ ਗਲਤੀ ਦੀ ਇਹੀ ਸਜ਼ਾ ਹੋਣੀ ਚਾਹੀਦੀ ਆ। ਹੁਣ ਆਖਰੀ ਫੈਸਲਾ ਕੰਪਨੀ ਦੇ ਮਾਲਕ ਨੇ ਕਰਨਾ ਸੀ। ਕਹਿੰਦੇ ਕੰਪਨੀ ਦੇ ਮਾਲਕ ਨੇ ਉਸ ਮਨੁੱਖ ਦੀ ਗਲਤੀ ਦੇਖੀ, ਬਾਕੀ ਆਪਣੇ ਮੈਂਬਰਾਂ ਦੀ ਸਲਾਹ ਰਾਏ ਦੇਖੀ, ਜੋ ਆਪਣੀ ਸਲਾਹ ਰਾਏ ਦੇ ਕੇ ਮਾਲਕ ਨੂੰ ਫੈਸਲਾ ਕਰਨ ਦੇ ਲਈ ਕਿਹਾ ਸੀ। ਕਹਿੰਦੇ ਉਸ ਮਾਲਕ ਨੇ ਦੋਵਾਂ ਧਿਰਾਂ ਦੇ ਪੱਖ ਦੇਖੇ, ਚੁੱਪ ਚਾਪ ਆਪਣੇ ਦਫ਼ਤਰ ਦੇ ਵਿੱਚ ਗਏ, ਇੱਕ ਕੋਰਾ ਕਾਗਜ਼ ਲਿਆ, ਇੱਕ ਪੈਨ ਲਿਆ ਅਤੇ ਜਦੋਂ ਦਾ ਉਹ ਮਨੁੱਖ ਕੰਪਨੀ ਦੇ ਵਿੱਚ ਆਇਆ ਸੀ, ਉਸ ਅਹੁਦੇ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਉਦੋਂ ਦਾ ਸਾਰਾ ਹਿਸਾਬ ਕਿਤਾਬ ਮੰਗਵਾਇਆ। ਕਹਿੰਦੇ ਉਸਨੇ ਉਹ ਕੋਰੇ ਕਾਗਜ਼ ਦੇ ਉੱਤੇ ਉਹ ਸਾਰੀਆਂ ਗੱਲਾਂ, ਉਹ ਸਾਰੇ ਫੈਸਲੇ ਲਿਖੇ ਜੋ ਇਸ ਮਨੁੱਖ ਨੇ ਕੰਪਨੀ ਦੇ ਲਈ ਲਏ ਸੀ ਅਤੇ ਜਿਨ੍ਹਾਂ ਦੇ ਕਰਕੇ ਕੰਪਨੀ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਸੀ, ਭਾਵ ਕਿ ਕੰਪਨੀ ਨੇ ਉਸ ਮਨੁੱਖ ਦੇ ਕਰਕੇ ਬਹੁਤ ਪੈਸਾ ਕਮਾਇਆ ਵੀ ਸੀ। ਕਹਿੰਦੇ ਉਹ ਕਾਗਜ਼ ਦੇ ਉੱਪਰ ਲਿਖਿਆ ਅਤੇ ਮਾਲਕ ਬਾਹਰ ਆਇਆ ਅਤੇ ਆਪਣਾ ਫੈਸਲਾ ਮਾਲਕ ਨੇ ਸੁਣਾ ਦਿੱਤਾ ਕਿ ਮੈਂ ਇਸ ਮਨੁੱਖ ਦੀ, ਆਪਣੇ ਇਸ ਵਰਕਰ ਦੀ ਇਸ ਗਲਤੀ ਨੂੰ ਮਾਫ ਕਰਦਾ ਹਾਂ, ਕਿਉਂਕਿ ਜੇਕਰ ਇਸਨੇ ਗਲਤੀ ਕੀਤੀ ਹੈ, ਗਲਤੀ ਦੇ ਕਾਰਨ ਕਰਕੇ ਇਸਦਾ ਸਾਡਾ ਨੁਕਸਾਨ ਹੋਇਆ ਹੈ, ਤਾਂ ਇਸ ਮਨੁੱਖ ਨੇ ਸਾਡਾ ਫਾਇਦਾ ਵੀ ਬਹੁਤ ਕੀਤਾ ਹੈ, ਕਿਉਂਕਿ ਇਸ ਕੰਪਨੀ ਨੂੰ ਕਾਮਯਾਬ ਬਣਾਉਣ ਦੇ ਲਈ ਇਸ ਮਨੁੱਖ ਨੇ ਬਹੁਤ ਮਿਹਨਤ ਕੀਤੀ, ਕਈ ਅਜਿਹੇ ਫੈਸਲੇ ਲਏ ਜਿਸ ਕਾਰਨ ਕਰਕੇ ਕੰਪਨੀ ਸਾਡੀ ਤਰੱਕੀ ਵੱਲ ਵਧਦੀ ਗਈ, ਜਿਸ ਕਾਰਨ ਕੰਪਨੀ ਵਿੱਚ ਵਾਧਾ ਹੋਇਆ। ਇਸ ਕਰਕੇ ਮੈਂ ਇਹਦੀ ਇਸ ਗਲਤੀ ਨੂੰ ਮਾਫ ਕਰਾਂਗਾ ਅਤੇ ਇਸ ਨੂੰ ਇਸੇ ਕੰਪਨੀ ਦੇ ਵਿੱਚ ਹੀ ਦੁਬਾਰਾ ਕੰਮ ਕਰਨ ਦਾ ਮੌਕਾ ਵੀ ਦਵਾਂਗਾ। ਤਾਂ ਕਹਿੰਦੇ ਸਾਰੇ ਹੀ ਕੰਪਨੀ ਦੇ ਮਾਲਕ ਦਾ ਫੈਸਲਾ ਸੁਣ ਕੇ ਹੈਰਾਨ ਹੋ ਗਏ ਕਿ ਇੰਨਾ ਵੱਡਾ ਨੁਕਸਾਨ ਹੋਇਆ ਸੀ ਪਰ ਇਸ ਨੇ ਮਾਫ ਕਰ ਦਿੱਤਾ। ਤਾਂ ਕਹਿੰਦੇ ਫਿਰ ਕੰਪਨੀ ਦੇ ਮਾਲਕ ਨੇ ਇਹ ਗੱਲ ਸਮਝਾਈ ਕਿ ਕਦੇ ਵੀ ਕਾਲੇ ਪੈ ਕੇ ਗੁੱਸੇ ਦੇ ਵਿੱਚ ਆ ਕੇ ਜੋ ਦੇਖ ਰਿਹਾ ਹੈ ਉਸੇ ਨੂੰ ਦੇਖ ਕੇ ਹੀ ਕਿਸੇ ਫੈਸਲੇ ਦੇ ਉੱਤੇ ਨਹੀਂ ਪਹੁੰਚਣਾ ਚਾਹੀਦਾ। ਜੇਕਰ ਕਿਸੇ ਇਨਸਾਨ ਤੋਂ ਗਲਤੀ ਹੋ ਗਈ ਹੈ, ਉਸ ਤੋਂ ਮਾੜਾ ਕੰਮ ਹੋ ਗਿਆ ਹੈ,
ਉਸਦੇ ਪਿਛਲੇ ਕੀਤੇ ਹੋਏ ਚੰਗੇ ਕੰਮਾਂ ਨੂੰ ਭੁੱਲਣਾ ਨਹੀਂ ਚਾਹੀਦਾ, ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਸਾਡੇ ਕੋਲੋਂ ਨਿੱਕੀਆਂ ਮੋਟੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ। ਘਰ ਪਰਿਵਾਰ ਦੇ ਵਿੱਚ ਵੀ ਕਈ ਵਾਰ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ, ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਦਫ਼ਤਰ ਦੇ ਵਿੱਚ ਰਹਿੰਦਿਆਂ ਵੀ ਕਈ ਅਜਿਹੀਆਂ ਗੱਲਾਂ ਘਟਨਾਵਾਂ ਹੋ ਜਾਂਦੀਆਂ ਨੇ। ਕਿਸੇ ਤੋਂ ਗਲਤ ਫੈਸਲੇ ਲਏ ਜਾ ਸਕਦੇ ਨੇ, ਕੋਈ ਬੜੇ ਸਹੀ ਫੈਸਲੇ ਕਰ ਲੈਂਦਾ ਹੈ। ਤਾਂ ਇਸ ਕਰਕੇ ਆਪਾਂ ਹਮੇਸ਼ਾ ਇਹ ਗੱਲ ਯਾਦ ਰੱਖਣੀ ਆ ਕਿ ਕਦੇ ਵੀ ਆਪਣੇ ਸੁਭਾਅ ਦੇ ਵਿੱਚ ਕੜਕਤਨ ਅਤੇ ਇੰਨਾ ਸਖਤਪਨ ਨਹੀਂ ਆਉਣ ਦੇਣਾ ਚਾਹੀਦਾ ਕਿ ਉਹ ਸਾਡੀ ਆਦਤ ਬਣ ਜਾਵੇ, ਜਿਸ ਦੇ ਨਾਲ ਸਾਹਮਣੇ ਵਾਲੇ ਦਾ ਨੁਕਸਾਨ ਹੋ ਜਾਵੇ। ਹਮੇਸ਼ਾ ਠੰਡੇ ਸੁਭਾਅ ਦੇ ਨਾਲ ਕਿਸੇ ਵੀ ਫੈਸਲੇ ਤੇ ਪਹੁੰਚਣਾ ਚਾਹੀਦਾ ਹੈ। ਜੇਕਰ ਕਿਸੇ ਦੇ ਕੋਲੋਂ ਗਲਤੀ ਹੋਈ ਆ, ਕੋਈ ਮਾੜਾ ਕੰਮ ਹੋ ਗਿਆ ਹੈ, ਜੇਕਰ ਉਸਦੀ ਗਲਤੀ ਪਈ ਆ, ਅਣਜਾਣਪੁਣੇ ਦੇ ਵਿੱਚ ਹੋ ਗਈ ਆ, ਤਾਂ ਸਾਨੂੰ ਮਾਫ ਕਰ ਦੇਣੀ ਚਾਹੀਦੀ ਆ। ਅਤੇ ਖਾਸ ਕਰਕੇ ਜਦੋਂ ਸਾਹਮਣੇ ਵਾਲਾ ਮਾਫੀ ਮੰਗ ਰਿਹਾ ਹੋਵੇ, ਜਦੋਂ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ, ਤਾਂ ਮਾਫ ਕਰਨ ਵਾਲੇ ਬਣਨਾ ਹੈ। ਅਤੇ ਜਦੋਂ ਕੋਈ ਵਧੀਆ ਕੰਮ ਕਰਦਾ ਹੈ ਤਾਂ ਉਸਨੂੰ ਸ਼ਾਬਾਸ਼ ਦੇਣੀ ਆ। ਇਹ ਦੋ ਦਾਨ ਸਭ ਤੋਂ ਉੱਤਮ ਦਾਨ ਨੇ। ਜੇ ਕਿਤੇ ਸਾਨੂੰ ਇਹ ਕਰਨੇ ਆ ਗਏ ਨਾ, ਤਾਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆਪਣੇ ਆਪ ਆ ਜਾਵੇਗੀ, ਕਿਉਂਕਿ ਘਰ ਪਰਿਵਾਰ ਦੇ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਪਰਿਵਾਰ ਦੇ ਜੀਆਂ ਕੋਲੋਂ ਹੁੰਦੀਆਂ ਰਹਿੰਦੀਆਂ ਨੇ। ਜੇਕਰ ਆਪਾਂ ਉਹਨਾਂ ਨਿੱਕੀਆਂ ਗੱਲਾਂ ਨੂੰ ਮਾਫ ਕਰ ਦਿੰਦੇ ਹਾਂ ਅਤੇ ਘਰ ਪਰਿਵਾਰ ਦੇ ਕੀਤੇ ਹੋਏ ਨਿੱਕੇ ਮੋਟੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹਾਂ, ਸ਼ਾਬਾਸ਼ ਦਿੰਦੇ ਹਾਂ, ਤਾਂ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਪਿਆਰ ਆਪਣੇ ਆਪ ਬਣਿਆ ਰਹੇਗਾ। ਅਤੇ ਉਸੇ ਹੀ ਤਰ੍ਹਾਂ ਕਾਰੋਬਾਰ ਦੇ ਵਿੱਚ ਜਿੱਥੇ ਵੀ ਆਪਾਂ ਕੰਮ ਕਰਦੇ ਹਾਂ, ਦੁਕਾਨ ਆ, ਦਫ਼ਤਰ ਆ, ਜਿੱਥੇ ਵੀ ਕੰਮ ਕਰਦੇ ਹਾਂ, ਤੇ ਜੇਕਰ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਕੋਲੋਂ, ਵਰਕਰਾਂ ਦੇ ਕੋਲੋਂ ਕੋਈ ਵੀ ਗਲਤੀ ਹੋ ਜਾਂਦੀ ਆ, ਤਾਂ ਨਿੱਕੀਆਂ ਮੋਟੀਆਂ ਗਲਤੀਆਂ ਨੂੰ ਇਗਨੋਰ ਕਰਕੇ ਮਾਫ਼ ਕਰਨਾ ਸਿੱਖਣਾ ਚਾਹੀਦਾ ਹੈ। ਅਤੇ ਚੰਗੇ ਕੀਤੇ ਕੰਮ ਦੀ ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ, ਸ਼ਲਾਘਾ ਕਰਨੀ ਚਾਹੀਦੀ ਹੈ। ਤੇ ਇਹ ਦੋਵੇਂ ਕੰਮ ਸਾਡੀ ਕਾਮਯਾਬੀ ਦਾ ਕਾਰਨ ਬਣਦੇ ਨੇ, ਕਿਉਂਕਿ ਜਦੋਂ ਆਪਾਂ ਕਿਸੇ ਨੂੰ ਮਾਫ਼ ਕਰ ਦਿੰਦੇ ਹਾਂ, ਇਹ ਮਾਫ਼ ਕਰਕੇ ਆਪਾਂ ਉਸ ਦੇ ਉੱਤੇ ਆਪਣਾ ਵਿਸ਼ਵਾਸ ਹੋਰ ਪੱਕਾ ਕਰ ਲੈਂਦੇ ਹਾਂ। ਉਸ ਮਨੁੱਖ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਇਹਨੇ ਮੇਰੇ ਉੱਤੇ ਇੰਨਾ ਵਿਸ਼ਵਾਸ ਕੀਤਾ, ਇੰਨਾ ਮੇਰੇ ਉੱਤੇ ਭਰੋਸਾ ਹੈ ਇਸ ਨੂੰ, ਤਾਂ ਉਹ ਅੱਗੇ ਨਾਲੋਂ ਵੀ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਤੇ ਜਦੋਂ ਸ਼ਾਬਾਸ਼ ਦਿੰਦੇ ਹਾਂ, ਤਾਂ ਸ਼ਾਬਾਸ਼ ਦੇਣ ਦੇ ਨਾਲ ਕੰਮ ਕਰਨ ਵਾਲੇ ਮਨੁੱਖ ਦਾ ਹੌਸਲਾ ਵੱਧਦਾ ਹੈ, ਹੋਰ ਕੰਮ ਕਰਨ ਦੇ ਲਈ ਮਨ ਵਿੱਚ ਉਤਸ਼ਾਹ ਚਾਹ ਪੈਦਾ ਹੁੰਦਾ ਹੈ ਕਿ ਮੇਰੇ ਕੀਤੇ ਹੋਏ ਕੰਮ ਦੀ ਸ਼ਲਾਘਾ ਕੀਤੀ ਗਈ ਆ, ਇਸ ਨੂੰ ਸਲਾਹਿਆ ਗਿਆ ਹੈ। ਇਸ ਕਰਕੇ ਬਾਕੀ ਦਾਨ ਪੁੰਨ ਵੀ ਕਰਨੇ ਆ, ਜ਼ਰੂਰਤਮੰਦ ਲੋੜਵੰਦਾਂ ਦੀ ਸਹਾਇਤਾ ਕਰਨੀ ਆ, ਪਰ ਆਪਣੇ ਘਰ ਵਿੱਚ ਰਹਿੰਦਿਆਂ ਹੋਇਆਂ, ਆਪਣੇ ਕੰਮ ਕਾਰ ਤੇ ਦਫ਼ਤਰ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਦਾਨ ਜ਼ਰੂਰ ਕਰਨੇ ਨੇ, ਕਿਉਂਕਿ ਜਿਸ ਨੂੰ ਇਹ ਦਾਨ ਕਰਨੇ ਆ ਗਏ ਨਾ, ਸਮਝ ਲਓ ਉਹਨੇ ਸਭ ਕੁਛ ਪਾ ਲਿਆ। ਅਤੇ ਇਹ ਦਾਨ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਕਰ ਸਕਦੇ ਹਾਂ, ਜਿਸ ਵਿੱਚ ਕੋਈ ਵੀ ਸਾਡਾ ਧਨ ਖਰਚਾ ਨਹੀਂ ਹੋਵੇਗਾ। ਇਹ ਦਾਨ ਕਰਕੇ ਸਾਹਮਣੇ ਵਾਲੇ ਦੇ ਮਨ ਨੂੰ ਵੀ ਸਕੂਨ ਮਿਲੇਗਾ ਅਤੇ ਸਾਡੇ ਆਪਣੇ ਮਨ ਨੂੰ ਵੀ ਸੁੱਖ ਸ਼ਾਂਤੀ। ਤਾਂ ਆਓ ਅੱਜ ਤੋਂ ਕਿਸੇ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਮਾਫ਼ ਕਰਨਾ ਸਿੱਖੀਏ ਅਤੇ ਚੰਗੇ ਕੰਮ ਦੀ ਸ਼ਾਬਾਸ਼ ਦੇਈਏ।